ਸਿੱਖ ਜੂਨੀਅਰ ਫਲੋਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕੇਂਦਰ ਸਰਕਾਰ ਦੇ ਬਜਟ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕਰਦੇ ਕਿਹਾ, ਡੀਜ਼ਲ ਪੈਟਰੋਲ ਦਾ ਰੇਟ ਵਧਾ ਕੇ ਮੋਦੀ ਸਰਕਾਰ ਕਾਰਪੋਰੇਟ ਤੋਂ ਸਮਰਾਏਦਾਰੀ ਪੱਖੀ ਸਰਕਾਰ ਹੈ, ਉਹਨਾਂ ਨੂੰ ਲਾਭ ਦੇ ਰਹੀ ਹੈ ਤੇ ਆਮ ਪਬਲਿਕ ਦਾ ਗਲਾ ਘੁੱਟ ਰਹੀ ਹੈ ਤੇ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਤੇ ਪੂਰੇ ਦੇਸ਼ ਦੇ ਲੋਕ ਅੱਜ ਦਿੱਲੀ ਦੇ ਬਾਰਡਰ ਤੇ ਕੇਂਦਰ ਸਰਕਾਰ ਖਿਲਾਫ਼ ਅੰਦੋਲਨ ਕਰ ਰਹੇ ਹਨ। ਟਰੱਕ ਯੂਨੀਅਨ ਫਲੋਰ ਕਿਸਾਨੀ ਅੰਦੋਲਨ ਲਈ ਮੁੰਡੇ ਨਾਲ ਮੁੰਡਾ ਲਾ ਕੇ ਸਾਥ ਦੇਵੇਗੀ। ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਕਿਹਾ, ਟਰੱਕ ਮਾਲਕਾਂ ਦੀ ਰਹਿੰਦੀ ਬਕਾਇਆ ਰਾਸ਼ੀ ਦੀ ਅਦਾਕਾਰੀ ਕੀਤੀ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਵਿਸ਼ਾਲ ਨਗਰ ਕੀਰਤਨ ਸੰਗਤਾਂ ਵੱਲੋਂ ਸਜਾਇਆ ਜਾਵੇਗਾ ਤੇ ਟਰੱਕ ਯੂਨੀਅਨ ਵੱਲੋਂ ਸੰਗਤਾਂ ਲਈ ਲੰਗਰ ਲਗਾਇਆ ਜਾਵੇਗਾ। ਇਸ ਮੌਕੇ ਤੇ ਪ੍ਰਧਾਨ ਰਣਜੀਤ ਸਿੰਘ ਸਿੱਧੂ, ਲਖਵੀਰ ਸਿੰਘ, ਪਰਮਿੰਦਰ ਸਿੰਘ, ਚਮਕੌਰ ਸਿੰਘ, ਗੁਰਮੀਤ ਰਾਮ, ਪ੍ਰੀਤਮ ਸਿੰਘ, ਰਾਮ ਲਾਲ ਆਦਿ ਹਾਜ਼ਰ ਸਨ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਇਹ ਖਾਸ ਰਿਪੋਰਟ। ਕੀ ਤੁਹਾਡੀਆਂ ਕਹਿਣਾ ਹੈ? ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫਲੋਰ ਟਰੱਕ ਯੂਨੀਅਨ ਦੀ ਅਸੀਂ ਮੀਟਿੰਗ ਬੁਲਾਈ ਆ। ਇਹ ਜੋ ਬਜਟ ਪੇਸ਼ ਕੀਤਾ ਸਰਕਾਰ ਨੇ, ਇਹ ਕੁਛ ਵਧੀਆ ਨਿਗਾ ਟਰੱਕਾਂ ਵਾਲਿਆਂ ਲਈ, ਟਰਾਂਸਪੋਰਟਰ ਲਈ ਵਧੀਆ ਨਿਗਾ। ਤੇਲ ਤਾਂ ਦਿਨ ਪਰ ਦਿਨ ਮਹਿੰਗਾਈ ਕਰ ਰਹੇ ਆ ਔਰ ਸਾਡਾ ਟਰਾਂਸਪੋਰਟਰ ਦਾ ਰੇਟ ਉਹੀ ਆ। ਇਹ ਬੜੇ ਘਰਾਣਿਆਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੇ ਰੇਟ ਫਿਕਸ ਆ, ਉਹਨਾਂ ਦੇ ਦਿਨ ਪਰ ਦਿਨ ਵਧੀ ਜਾਂਦੇ ਆ। ਸਾਡਾ ਟਰਾਂਸਪੋਰਟ ਦਾ ਰੇਟ ਉਹੀ 5 ਸਾਲ ਪਹਿਲਾਂ ਸੀ, 10 ਸਾਲ ਪਹਿਲਾਂ ਸੀ, ਉਹੀ ਰੇਟ ਹੋਣ ਆ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਸਾਡੇ ਗੱਡੀਆਂ ਜਿਹੜੀਆਂ ਉਹ ਤੇਲ ਨਹੀਂ ਖਾਂਦੀਆਂ, ਉਹਨਾਂ ਨੂੰ ਇਨਕਰੀਜ ਨਹੀਂ ਮਿਲਣੀ ਚਾਹੀਦੀ, ਤੇਲ ਤਾਂ ਵਧਾਈ ਜਾਂਦੇ ਹਾਂ। ਸਾਡੀ ਇਹ ਹੱਥ ਜੋੜ ਕੇ ਬੇਨਤੀ ਸਰਕਾਰ ਅੱਗੇ ਵੀ ਸਾਡੇ ਯੂਨੀਅਨਾਂ ਦੇ ਜਾਂ ਟਰਾਂਸਪੋਰਟਰਾਂ ਦੇ ਰੇਟ ਵਧਾਏ ਜਾਣ। ਅਸੀਂ 15 ਸਾਲ ਤੋਂ ਇਹੀ ਸੰਘਰਸ਼ ਲੜਦੇ ਹਾਂ ਵੀ ਸਾਨੂੰ ਤੇਲ ਘਟਾਇਆ ਜਾਵੇ ਤਾਂ ਰੇਟ ਸਾਡੇ ਵਧਾਏ ਜਾਣ, ਸਾਡੀ ਕੋਈ ਸੁਣਵਾਈ ਨਹੀਂ ਕਰਦੇ। ਇਸ ਕਰਕੇ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ। ਕਿਸਾਨ ਯੂਨੀਅਨ ਦਾ ਤੁਸੀਂ ਸਪੋਰਟ ਕਰਦੇ, ਉਹਦੇ ਕਰਕੇ ਸ਼ਾਇਦ ਤਾਂ ਨਹੀਂ? ਕਿਸਾਨ ਯੂਨੀਅਨ ਦੀ ਅਸੀਂ ਦਿਲੋਂ ਸਪੋਰਟ ਕਰਦੇ ਹਾਂ, ਅਸੀਂ ਜਾ ਕੇ ਵੀ ਆਏ ਹਾਂ, ਅਸੀਂ ਸੰਘਰਸ਼ 'ਚ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਇਹ ਜੋ ਧੱਕਾ ਕਿਸਾਨ ਯੂਨੀਅਨਾਂ ਨਾਲ ਹੋਇਆ, ਕਿਸਾਨਾਂ ਨਾਲ ਹੋਇਆ, ਇਹ ਹੀ ਧੱਕਾ ਸਾਡੀ ਯੂਨੀਅਨਾਂ ਨਾਲ, ਟਰੱਕਾਂ ਵਾਲਿਆਂ ਨਾਲ ਹੋ ਰਿਹਾ। ਔਰ ਟਰੱਕ ਵਾਲਾ ਜੋ ਆ ਉਹਦਾ ਦੂਜਾ ਪਾਰਟ ਕਿਸਾਨ ਆ, ਉਹ ਕਿਸਾਨੀ ਵੀ ਕਰ ਰਿਹਾ ਨਾਲ ਨਾਲ ਔਰ ਟਰੱਕ ਦਾ ਟਰਾਂਸਪੋਰਟਰ ਵੀ ਚਲਾ ਰਿਹਾ। ਇਸ ਕਰਕੇ ਜੋ ਮੋਦੀ ਨੇ ਧੱਕਾ ਕੀਤਾ ਜਾਂ ਹੋਰ ਸਰਕਾਰਾਂ ਨੇ ਧੱਕਾ ਕੀਤਾ, ਉਹ ਬਹੁਤ ਨਿੰਦਾਯੋਗ ਆ। ਇਸ ਕਰਕੇ ਸਾਡੀ ਸਰਕਾਰਾਂ ਨੂੰ ਅਪੀਲ ਆ ਵੀ ਧੱਕਾਸ਼ਾਹੀ ਬੰਦ ਕਰੋ ਅਤੇ ਜਿਹੜੀ ਗਰੀਬ ਜਨਤਾ ਆ ਉਹਨਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰੋ।